ਅਸਲਾਮ ਅਲੈਕੁਮ, ਕੀ ਹਾਲ ਚਾਲ ਹੈ ਜੀ? ਸਿਹਤ ਤਬੀਅਤ ਠੀਕ ਹੈ ਜੀ? ਜੜ੍ਹਾਂ ਵਾਲੇ ਦੇ ਕੋਲ ਆਏ ਹਾਂ ਜੀ, ਇੱਕ ਵੇਲਣੇ 'ਤੇ ਕਲਿੱਪ ਕਰਨ। ਬਹੁਤ ਬਹੁਤ ਸ਼ੁਕਰੀਆ ਜਿਹੜੀਆਂ ਤੁਸੀਂ ਮੁਹੱਬਤਾਂ ਦਿੰਦੇ ਹਾਂ, ਜਿਹੜਾ ਪਿਆਰ ਦਿੰਦੇ ਹਾਂ। ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ, ਅੱਲਾਹ ਪਾਕ ਤੁਹਾਡੇ ਬੱਚਿਆਂ ਨੂੰ, ਅੰਮੀ ਅੱਬੂ ਨੂੰ, ਭੈਣਾਂ ਭਰਾਵਾਂ ਨੂੰ, ਸਭ ਨੂੰ ਖੁਸ਼ ਰੱਖੇ। ਤੁਸੀਂ ਸਾਡੇ ਕਲਿੱਪ ਦੇਖਦੇ ਹਾਂ, ਉਹਦੇ ਵਾਸਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਮੁਜਾਹਦ ਸਾਹਿਬ ਤਿਆਰ ਹੋ ਰਹੇ ਨੇ। ਮੁਜਾਹਦ ਸਾਹਿਬ ਆਓ, ਆਓ। ਮੁਜਾਹਦ ਸਾਹਿਬ ਹਮੇਸ਼ਾ ਦੀ ਤਰ੍ਹਾਂ ਤੁਸੀਂ ਪਸੰਦ ਕਰਦੇ ਹਾਂ, ਬਹੁਤ ਬਹੁਤ ਸ਼ੁਕਰੀਆ। ਭਾਅ ਜੀ ਤਸਲੀਮ ਸਾਹਿਬ ਕੰਮ ਕਰ ਰਹੇ ਜੀ। ਹਾਂਜੀ ਮੁਜਾਹਦ ਸਾਹਿਬ ਜੀ। ਸਰ ਕਿੱਦਾਂ? ਵਧੀਆ ਜੀ। ਕਰ ਲਓ ਗੱਲ ਸੱਜਣਾ ਨਾਲ। ਹਾਂਜੀ, ਅੱਜ ਆਏ ਹਾਂ ਜੀ ਸ਼ੂਟ ਕਰਨ। ਵੇਲਣਾ ਬੜਾ ਔਖਾ ਲੱਭਿਆ, ਇੱਕ ਦਿਨ ਪਹਿਲੇ ਲੱਭਦੇ ਰਹੇ, ਉੱਦਣ ਨਹੀਂ ਲੱਭਿਆ। ਮੈਂ ਤੈਨੂੰ ਕਿਹਾ, ਮੈਂ ਕਿਹਾ ਜਦੋਂ ਅਸੀਂ ਵੇਲਣੇ ਹੋਈਏ ਨਾ ਉਦੋਂ ਵੇਲਣੇ 'ਤੇ ਆਇਆ ਕਰੀਏ। ਮੁਜਾਹਦ ਸਾਹਿਬ ਨਾਲ ਬਹੁਤ ਸਾਰੀ ਪਬਲਿਕ ਜਿਹੜੀ ਹੈ ਉਹ ਬਹੁਤ ਮੁਹੱਬਤ ਕਰਦੀ ਹੈ, ਬਹੁਤ ਪਿਆਰ ਕਰਦੀ ਹੈ। ਇਹਨਾਂ ਨਾਲ ਸਭ ਪਿਆਰ ਹੈ, ਇਹਨਾਂ ਦੀ ਮੁਹੱਬਤ ਹੈ। ਹਾਂਜੀ ਹਾਂਜੀ ਹਾਂਜੀ, ਇਹਨਾਂ ਨਾਲ ਸਭ ਤੁਹਾਡਾ ਵੀ ਪਿਆਰ ਹੈ। ਸਰ ਸਰ ਸਰ, ਇਹ ਤੁਹਾਡੇ ਪਿਆਰ ਦੇ ਨਾਲ ਹੀ ਸਾਨੂੰ ਵੀ ਪਿਆਰ ਕਰ ਰਹੇ ਨੇ। ਸਰ 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 ਸਰ, ਅੱਲਾਹ ਪਾਕ ਖੈਰ ਕਰੇ, ਅੱਲਾਹ ਪਾਕ ਤੁਹਾਨੂੰ ਇੰਜੀ ਕਾਮਯਾਬ ਕਰੇ, ਹੋਰ ਬੁਲੰਦੀਆਂ ਤੇ ਜਾਓ। ਸਰ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਨਜ਼ਰੀਏ ਸਾਨੂੰ। ਬਾਕੀ ਜਿਹੜੇ ਸਰ ਵੇਖ ਰਹੇ ਨੇ, ਹਾਂਜੀ ਰਾਣਾ ਸਾਹਿਬ, ਅਸਲ ਬਾਤ ਤੇ ਇਹਨਾਂ ਦੀ ਹੈ। ਹਾਂ ਇਹ ਪਸੰਦ ਕਰਦੇ ਆ, ਹਾਂ ਤੇ ਅਸੀਂ ਇੱਥੇ ਆ, ਬਸ ਤੁਹਾਡੇ ਵਾਸਤੇ ਮਿਹਨਤਾਂ ਕਰ ਰਹੇ ਹਾਂ, ਸਭ ਕੁਝ ਕਰ ਰਹੇ ਹਾਂ। ਅਤੇ ਉਹ ਅੱਲਾਹ ਦਾ ਸ਼ੁਕਰ ਹੈ ਕਿ ਇੰਟਰਟੇਨ ਕਰ ਰਹੇ ਹਾਂ ਤੁਹਾਨੂੰ, ਅਤੇ ਜਦੋਂ ਤੱਕ ਇਨਸ਼ਾਅੱਲਾ ਜ਼ਿੰਦਗੀ ਇੱਦਾਂ ਹੀ ਇੰਟਰਟੇਨ ਕਰਦੇ ਰਹਾਂਗੇ। ਅਤੇ ਕਲਿੱਪ ਸ਼ੁਰੂ ਹੋਣ ਲੱਗਾ, ਮਜ਼ਾ ਲਵੋ ਜ਼ਰਾ। ਅਸਲਾਮ ਅਲੈਕੁਮ ਭਾਜੀ। ਵਾਲੇਕੁਮ ਸਲਾਮ। ਵਾਲੇਕੁਮ ਸਲਾਮ ਜੀ। ਕੰਮ ਸ਼ੁਰੂ ਕਰਨ ਲੱਗੇ ਜੀ ਹਲੇ? ਹਾਂਜੀ, ਅੱਲਾਹ ਦਾ ਨਾਂ ਲੈ ਕੇ ਸ਼ੁਰੂ ਕਰਨ ਲੱਗੇ। ਹਾਂਜੀ ਆ ਬਾਜੀ ਆਏ ਕਰਨ ਲੱਗੇ ਆ ਜੀ। ਆ ਰੋ ਆਂਡੀ ਜੀ ਰੋ। ਹਾਂਜੀ ਹਾਂਜੀ ਰੋ ਆ ਜੀ। ਸਮਾਨ ਰਾਤ ਨੂੰ ਕਿੱਦਾਂ ਰੱਖੀਦਾ ਆ, ਸਵੇਰੇ ਖਿਲ ਰਿਹਾ ਹੁੰਦਾ ਆ। ਕੀ ਕਰਦਾ ਕੀ ਹੁੰਦਾ ਤੂੰ ਰਾਤ ਨੂੰ? ਆਏ ਆ ਸਾਰਾ ਸਮਾਨ ਉੱਧਰ ਰੱਖਿਆ, ਆ ਹੁਣ ਇੱਧਰ ਫਿਰਨ ਡਿਆ ਆ। ਉਹ ਸਾਰਾ ਕੁਛ ਹੀ ਹੋ ਜਾਂਦਾ ਸਹੀ ਸਾਹ ਜੀ, ਬੰਦੇ ਦਾ ਪੁੱਤ ਬਣਿਆ ਘਰ। ਇਹ ਮੈਂ ਤੈਨੂੰ ਦੱਸ ਦਵਾਂ, ਕਿੱਦਣ ਮਾਰ ਖਾਣੀ ਆ ਤੂੰ? ਤੈਨੂੰ ਮੈਂ ਤੈਨੂੰ ਦੱਸ ਦਵਾਂ ਗੱਲ, ਕਈ ਦਾ ਤੈਨੂੰ ਕੋਸ਼ਾ ਕਰਦਾ ਤੂੰ ਕੋਸ਼ਾ, ਤੇਰੇ ਪਿਓ ਦਾ ਨੌਕਰ ਆ ਸੀ ਇੱਥੇ। ਇਹ ਜਿਹੜੇ ਮੁਲਾਜ਼ਮ ਆ ਨਾ, ਇਹ ਨਹੀਂ ਸਮਝਦੇ, ਮਾਲਕ ਕੁੱਤੇ ਤਰ੍ਹਾਂ ਭੌਂਕਦੇ ਰਹਿੰਦੇ ਆ, ਇਹ ਨਹੀਂ ਸਮਝਦੇ। ਮੈਂ ਸਮਝਾ ਲੈਣਾ ਹੁੰਦਾ, ਮੈਂ ਸਮਝਾ ਲੈਣਾ ਭਾਜੀ, ਮੈਂ ਨਹੀਂ ਆ ਦੇਖਦਾ। ਇਹ ਦੁਨੀਆ ਸਾਰੀ ਜਿੰਨੇ ਮਾਲਕ ਆ ਨਾ, ਇਹ ਭੌਂਕਦੇ ਰਹਿੰਦੇ ਆ, ਮੁਲਾਜ਼ਮ ਨਹੀਂ ਸਮਝਦੇ ਗੱਲ ਨੂੰ। ਹਾਂ ਲਿਆ ਇੱਥੇ ਆ, ਹੁਣ ਤੁਸੀਂ ਦੇਖੋ ਕਿੰਨਾ ਭੌਂਕਣ ਡਏ ਆ, ਇਹਨਾਂ ਤੇ ਅਸਰ ਹੋਣ ਡਿਆ। ਇਹਨਾਂ ਤੇ ਹੋ ਜਾਏਗਾ ਅਸਰ, ਕਰਵਾ ਲਾਂਗੇ। ਆ ਧਿਆਨ ਨਾਲ ਕੰਮ ਕਰ, ਧਿਆਨ ਨਾਲ ਕਰ। ਇਹ ਤੁਸੀਂ ਦੇਖਦਾ ਕੀ ਆ, ਦੇਖਦਾ ਕਿੱਦਾਂ ਆ, ਦੇਖਦਾ ਕਿੱਦਾਂ ਆ। ਆ ਵੀ ਲੈ ਸਾਰੇ, ਲੈ ਸਾਰੇ, ਜਿੰਨਾ ਮਰਜ਼ੀ ਪੌਂਕੀ ਜਾਓ, ਇਹਨਾਂ ਨੂੰ ਅਸਰ ਨਹੀਂ ਹੋਣਾ। ਹੋਏਗਾ ਅਸਰ, ਹੋਏਗਾ। ਤੁਹਾਨੂੰ ਕਿਹਾ ਸਾਰੇ ਲਾ ਕਰਨੇ ਜਿੰਨੇ ਵੀ ਆ, ਲੈ ਅੰਦਰ। ਆ ਰਾਤ ਦਾ ਮਾਲ ਹੈ ਕੱਢਿਆ ਤੁਸੀਂ, ਓਏ ਹੈ ਇਹ ਸਵੇਰੇ, ਤੁਹਾਨੂੰ ਮੈਂ ਸਵੇਰੇ ਪੁੱਛੂ ਹੁਣ ਸਾਰਾ ਕੰਮ। ਤੁਹਾਡਾ ਦਾ ਨਾਂ ਲੈਣਾ, ਇਹ ਕੰਮ ਦਾ ਟਾਈਮ ਆ, ਸਵੇਰੇ ਗੱਲ ਕਰਾਂਗੇ ਤੁਹਾਡੇ ਨਾਲ। ਹਾਂ ਉਹ ਚੋਰੀ ਸਾਹਿਬ ਚੁੱਪ ਰਹੋ, ਸਾਰਾ ਕੰਮ ਹੀ ਹੋ ਜਾਂਦਾ ਇਹਨਾਂ ਨੇ ਕੀ ਕਰਨਾ ਕੰਮ। ਆ ਮਾਰ ਰਾਤ ਆ ਛਿੱਲਿਆ ਆ,
तीन ट्रालियां खड़िया आ माल आ पिया आ सारा कुछ ही हो जाता आ भी फड़ इतों लै खा आ सुा फड़ खा उधर किधर जाई जाना तू आ फड़ और की गल है वीरे चल तेन है इधर आना बहर आ जा बहर तो वीरा कम तो कर दे अग पै जाएगी तेन रही है आ जा इधर आ जा इधर ओ यार भाई की गल आ इधर उड़े आ अंदर जाके देखना ਉਹ ਵੀਰ ਮੇਰੇ ਆ ਕੰਮ ਕਰਨ ਦੇ ਭਰਾ ਵੱਗ ਦੇ ਉਧਰ ਕੰਮ ਕਰਨ ਦੇ ਲਾ ਥੱਲੇ ਥੱਲੇ ਲਾ ਪਾਣੀ ਲਿਆ ਕੇ ਸਾਦਾ ਰੱਖ ਹੋਏ ਇੱਥੇ ਮੁੰਡਿਆ ਉਹ ਪੀਪਾ ਚੁੱਕ ਕੇ ਸਾਈਡ ਤੇ ਕਰ ਦੇਖਦਾ ਕੀ ਆ ਇੱਧਰ ਲਿਆ ਕੇ ਰੱਖ ਇਹਨੂੰ ਤੁਹਾਡਾ ਕਰਦਾ ਹੱਲ ਮੈਂ ਭਾਂਡਾ ਸਾਫ਼ ਕੀਤਾ ਆ ਬੋਲੀ ਜਾਇਓ ਕੋਈ ਕੰਮ ਨਾਲ ਕਰਾ ਦਿਆ ਕਰੋ ਕਿ ਮੈਂ ਅੱਗ ਬਾਲਣ ਡਿਆ ਤੁਸੀਂ ਜ਼ਰਾ ਵੇਖਿਆ ਕੋਈ ਪਹਿਲਾਂ ਆ ਜਾਈਦਾ ਹੁੰਦਾ ਪਹਿਲਾਂ ਆ ਜਾਈਦਾ ਹੁੰਦਾ ਭਾਅ ਜੀ ਕੀ ਕੰਮ ਕੀ ਤੁਹਾਨੂੰ ਤੁਸੀਂ ਕੀ ਕਹਿਣਾ ਜੀ ਚਾਹੁੰਦੇ ਸਾਨੂੰ ਨਹੀਂ ਨਹੀਂ ਕਹਿਣਾ ਕੁਛ ਨਹੀਂ ਹੈਗਾ ਕੀ ਰੌਲਾ ਕੀ ਹੈ ਤੁਹਾਡਾ ਮੈਂ ਦੇਖਣ ਡਿਆ ਤੁਹਾਨੂੰ ਕਿ ਦੇਖਣ ਡਿਆ ਉਧਰ ਜਾ ਕੀ ਦੇਖ ਲਿਆ ਇਹਦਾ ਕੀ ਦੇਖਣਾ ਹੈ ਅੱਗ ਬਲਦੀ ਹੈ ਰੋਹ ਆ ਗੰਨਾ ਆ ਕੀ ਵੇਖਣਾ ਇਹਦਾ ਤੁਸੀਂ ਗੁੜ ਮਿਲੇਗਾ ਭਾਅ ਜੀ ਗੁੜ ਗੁੜ ਮਿਲ ਜਾਏਗਾ ਭਾਅ ਜੀ ਹਾਂਜੀ ਗੁੜ ਮਿਲ ਜਾਏਗਾ ਗੁੜ ਮਿਲ ਜਾਏਗਾ ਮਰਜ਼ੀ ਦਾ ਵੀ ਬਣਾ ਦਿੰਦੇ ਹੋ ਬੰਦੇ ਨੂੰ ਹਾਂਜੀ ਹਾਂਜੀ ਮਰਜ਼ੀ ਦਾ ਕੀ ਆ ਭਾਅ ਜੀ ਜਿਹੜਾ ਗੁੜ ਬਣਨਾ ਹੈ ਮਰਜ਼ੀ ਦਾ ਉੱਥੇ ਅਸੀਂ ਕਿਹੜੇ ਉਹ ਨਾਲ ਕੋਈ ਅੱਲਾ ਮਾਫੀ ਦੇਵੇ ਕੋਈ ਚੀਜ਼ਾਂ ਲਾ ਦੇਣਗੇ ਜਿੱਦਾਂ ਦਾ ਗੁੜ ਹੁੰਦਾ ਉੱਦਾਂ ਦਾ ਹੀ ਹੁੰਦਾ ਹੈ ਗੁੱਸਾ ਤੁਹਾਨੂੰ ਨਾ ਬੰਦਿਆਂ ਤੇ ਆ ਯਾਰ ਤੁਸੀਂ ਗਾਹਕਾਂ ਨਾਲ ਵੀ ਪੰਗੇ ਲਈ ਜਾਂਦੇ ਭਾਅ ਜੀ ਕਦੀ ਇੱਧਰ ਵੜ ਜਾਂਦੇ ਕਦੀ ਉੱਥੇ ਆ ਜਾਂਦੇ ਆ ਸਾਡੇ ਵਾਕਫ ਵੀ ਨਹੀਂ ਹੈਗੇ ਤੁਸੀਂ ਵਿੱਚ ਵੀ ਫਿਰੀ ਜਾਂਦੇ ਤੇ ਵਿੱਚ ਫਿਰ ਕੇ ਕੀ ਹੈ ਮਤਲਬ ਨਹੀਂ ਫਿਰੀ ਜਾਂਦੇ ਸਾਨੂੰ ਕੰਮ ਕਰਦੇ ਹੋ ਨਹੀਂ ਮੈਂ ਕੋਈ ਸ਼ੈ ਮਿਹਨਤ ਦਿੱਤੀ ਹੈ ਥੱਲੇ ਨਹੀਂ ਮਿਹਨਤ ਕਾਹਦੀ ਦਿੱਤੀ ਅਸੀਂ ਕੰਮ ਨਹੀਂ ਕਰਨਾ ਹੈਗਾ ਆ ਦੇਖਦਾ ਕੀ ਆ ਇੱਧਰ ਲਿਆਇਆ ਉਰੇ ਕਰਕੇ ਭਾਅ ਜੀ ਜਾਓ ਤੁਹਾਡੀ ਮਿਹਰਬਾਨੀ ਜਾਓ ਗੱਲ ਸੁਣੋ ਤੇਰਾ ਮਾਲ ਦੇਣੇ ਆ ਗੱਲ ਸੁਣੋ ਗੱਲ ਕੀ ਕੀ ਕਹਿਣੀ ਆ ਗੱਲ ਕਰਨੀ ਨਾ ਤੁਹਾਡੇ ਨਾਲ ਕੀ ਗੱਲ ਕੀ ਗਿਆ ਤੁਹਾਡੇ ਨਾਲ ਗੱਲ ਕਰ ਓਏ ਇਹਨੂੰ ਲੈ ਲਾ ਓਏ ਇਹਨੂੰ ਇਹਨੂੰ ਲੈ ਲਾ ਆ ਫੜੇ ਇਹਨੂੰ ਸਰ ਇੱਧਰ ਆ ਯਾਰ ਧਿਆਨ ਕਰ ਵੀ ਇੱਧਰ ਧਿਆਨ ਕਰ ਭਾਅ ਜੀ ਗੱਲ ਕੀ ਕਰਨੀ ਆ ਦੱਸੋ ਕੰਮ ਦਾ ਟਾਈਮ ਆ 2 ਮਿੰਟ ਬਸ ਦੇ ਦਿਓ ਮੈਨੂੰ ਸਵੇਰੇ ਸਵੇਰੇ ਭਾਅ ਜੀ ਆ ਕੇ ਖੜੇ ਹੋਏ ਆ ਕੰਮ ਤੇ 2 ਮਿੰਟ ਦੇ ਦਿਓ ਬਸ ਮੈਨੂੰ ਕੀ ਗੱਲ ਕੀ ਆ ਆ ਧਿਆਨ ਰੱਖਿਓ ਹਾਂਜੀ ਆ ਜਿਹੜਾ ਨਾਲ ਦਾ ਤੁਹਾਡਾ ਪਿੰਡ ਆ ਨਾ ਉਹਨੂੰ ਕੀ ਹੋਇਆ ਉੱਥੇ ਮੈਂ ਪਿਆ ਆ ਨਾਲ ਦੇ ਪਿੰਡ ਹਾਂਜੀ ਅੱਛਾ ਤੇ ਉੱਥੇ ਕਿਹਦੇ ਨਾਲ ਪਿਆ ਆ ਤੂੰ ਮਜੀਦ ਉਹ ਨਾਲ ਮਜੀਦ ਕਿਹੜਾ ਓਏ ਮਜੀਦ ਭਾ ਮਜੀਦ ਉਹ ਮੋਚੀ ਆ ਜਿਹਦੇ ਕੋਲ ਪਿਛਲੇ ਕਮਾਦ ਨਹੀਂ ਮੁੱਲ ਲਿਆ ਹੁਣ ਉਹ ਯਾਰ ਜਿਹੜੀ ਮੋਚੀਆਂ ਨੇ ਜਗ੍ਹਾ ਲਈ ਜਿਹਦੇ ਕੋਲ ਓਏ ਓਏ ਉਹ ਨਾਲ ਮੈਂ ਪਿਆ ਸਾਡੀ ਰਹਿਸ਼ਾ ਖਾਨੇ ਵਾਲ ਅੱਛਾ ਤੇ ਮੇਰੇ ਹੋ ਗਈ ਸੀ ਗਰਮੀ ਜਿਗਰ 'ਚ ਅੱਛਾ 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 ਬਹੁਤ ਜ਼ਿਆਦਾ ਅੱਛਾ ਤੇ ਫਿਰ ਸਹੁਰੇ ਮੇਰੇ ਨੇ ਮੈਨੂੰ ਫੋਨ ਕੀਤਾ ਕਹਿੰਦੇ ਤੂੰ ਸਾਡੇ ਪਿੰਡ ਆ ਜਾ ਇੱਥੇ ਜੀ ਤੂੰ ਵਿਹਲਾ ਪਿਆ ਹੈ ਅੱਛਾ ਅਤੇ ਸਾਡੀ ਧੀ ਵੀ ਭੁੱਖੀ ਮਰਨ ਡਈ ਹੈ ਅਤੇ ਤੂੰ ਇੱਦਾਂ ਕਰ ਸਾਡੇ ਕੋਲ ਪਿੰਡ ਆ ਅਸ ਤੇਰਾ ਕਰਾਉਂਦੇ ਹਾਂ ਇਲਾਜ ਬਾਬਾ ਦੁੱਲਾ ਨਹੀਂ ਹਕੀਮ ਜਿਹੜਾ ਬਾਬਾ ਦੁੱਲਾ ਉਹਦੇ ਕੋਲ ਸਵੇਰੇ ਮੈਨੂੰ ਲੈ ਗਏ ਅੱਛਾ ਆਹ ਦੇਖੋ ਮੇਰੀ ਅੱਖਾਂ ਵੀ ਖੱਟੀਆਂ ਖੱਟੀਆਂ ਗਰਮੀ ਹੋਈ ਆ ਗਰਮੀ ਹੋਈ ਨਾ ਆਹ ਨਹੁੰ ਦੇਖੋ ਹੋਏ ਨਾ ਪੀਲੇ ਪੀਲੇ ਆਹ ਮੇਰਾ ਗਲਾ ਇਹ ਗਰਮੀ ਨਾਲ ਗਲਾ ਬੈਠਾ ਹੈ ਗਰਮੀ ਛਾਲੇ ਗਰਮੀ ਨਾਲ ਗਲਾ ਬੈਠਾ ਆ ਪੱਕ ਜਾਂਦਾ ਪੱਕ ਜਾਂਦਾ ਤੱਲਕ ਕੀ ਹੈ ਭਾਜੀ ਇਹਦੇ ਨਾਲ ਤੁਹਾਡੇ ਗਲੇ ਨਾਲ ਤੁਹਾਡੇ ਤੱਲਕ ਮੈਂ ਗਿਆ ਬਾਬੇ ਦੁੱਲੇ ਕੋ ਸਵੇਰੇ ਹਕੀਮ ਕੋ ਕਿਤੇ ਸਾਈਡ ਤੇ ਆ ਕੇ ਗੱਲ ਨਹੀਂ ਸੁਣ ਲੈਂਦੇ ਸਾਈਡ ਤੇ ਸਾਨੂੰ ਸਾਦਕਾ ਬਾਲ ਲੈ ਜਾ ਆ ਸਾਈਡ ਹੀ ਆ ਉਹ ਸਾਡਾ ਵੇਲਣਾ ਆ ਮੁੰਡਿਆਂ ਨੇ ਕੰਮ ਕਰਨਾ ਆ ਰੌਲੀ ਪੈਣ ਡਈ ਹੈ ਨਾ ਰੌਲੀ ਅੱਛਾ ਰੌਲੀ ਪੈਣ ਡਈ ਆ ਬਾਬਾ ਦੁੱਲਾ ਮੈਨੂੰ ਕਹਿੰਦਾ ਤੁਹਾਡਾ ਦੱਸਿਆ ਅੱਛਾ ਕਿ ਵੇਲਣਾ ਲੱਗਾ ਰੋਡ ਦੇ ਉੱਤੇ ਅੱਛਾ ਤੇ ਉਹਦੇ ਕੋਲ ਚਲੇ ਜਾ ਕਹਿੰਦਾ ਬੰਦਾ ਤੇਰਾ ਕੱਬਾ ਜਿਹਾ ਤੇ ਸਿੱਧੇ ਮੂੰਹ ਗੱਲ ਨਹੀਂ ਕਰਦਾ ਪਰ ਇਹ ਆ ਕੇ ਪਿਆਰ ਮੁਹੱਬਤ ਨਾਲ ਗੱਲ ਕਰੇਗਾ ਤਾਂ ਮੰਨ ਜਾਏਗਾ ਸਿੱਧੇ ਮੂੰਹ ਤੇਰੇ ਵੱਲ ਮੂੰਹ ਕੀਤਾ ਹਜੇ ਸਿੱਧਾ ਨਹੀਂ ਇਹ ਹੁਣ ਐਂ ਕਰਕੇ ਗੱਲ ਕਰਾਂ ਤੇਰੇ ਨਾਲ ਮੈਂ ਆ ਤੇਰੇ ਵੱਲ ਮੂੰਹ ਤਾਂ ਕੀਤਾ ਆ ਹੋਰ ਸਿੱਧੇ ਮੂੰਹ ਗੱਲ ਕੀ ਹੁੰਦੀ ਆ ਗੱਲ ਸੁਣ ਲਓ ਹੌਸਲੇ ਨਾਲ ਜਿਵੇਂ ਮੈਂ ਆਇਆ ਤੁਸੀਂ ਜਿਵੇਂ ਬੋਲਣ ਡੇ ਸੀ ਨਾ ਆਪਣੇ ਬੰਦਿਆਂ ਨੂੰ ਆਹੋ ਮੈਨੂੰ ਭੋਰਾ ਵੀ ਕੋਈ ਮਸਲਾ ਨਹੀਂ ਬਣਿਆ ਮੈਨੂੰ ਕਿਉਂਕਿ ਮੇਰੇ ਬਾਬੇ ਦੁੱਲੇ ਨੇ ਮੈਨੂੰ ਦੱਸਿਆ ਸੀ ਕਿ ਬੰਦਾ ਔਰ ਭੌਰ ਜਿਹਾ ਹੀ ਆ ਵੀ ਔਰ ਭੌਰ ਜਿਹਾ ਆ ਹਾਂ ਔਰ ਭੌਰ ਨਹੀਂ ਨਾਲੇ ਹਾਂ ਆਏ ਆ ਕੇ ਮੁੰਡਿਆਂ ਨੂੰ ਕੰਮ ਤੇ ਲਾਇਆ ਹਾਂ ਔਰ ਭੌਰ ਕਹਿੰਦੇ ਬਸ ਤੂੰ ਜਿਹੜੇ ਦੂਰੋਂ ਤੈਨੂੰ ਪਤਾ ਲੱਗ ਜਾਏਗਾ 2 ਕਿੱਲਿਆਂ ਤੇ ਆਵਾਜ਼ ਸੁਣਦੀ ਆ
ਬਹੁਤ ਬੋਲਦਾ ਆ ਯਾਰ ਬੋਲਦਾ ਆ ਦੋਹਾਂ ਕਿੱਲਿਆਂ ਦੇ ਮੈਨੂੰ ਕੁੱਟਣ ਦਾ ਸਕੂਨ ਤੇ ਰਿਆ ਸਕੂਨ ਚ ਰਿਆ ਕਰੋ ਭਾਈ ਸਕੂਨ ਦੇ ਵਿੱਚ ਹੀ ਅਸੀਂ ਸੁਣਿਆ ਗੱਲ ਆ ਨਾਲਾ ਕੇ ਕੰਮ ਤੇ ਚੜੇ ਆ ਤੂੰ ਲੈ ਲੈ ਆ ਕੇ ਸਾਨੂੰ ਸਮਝਾਉਣ ਲੱਗ ਪਿਆ ਰੋ ਰੁਪਿਆ ਕਰੋ ਠੰਡੇ ਰਿਆ ਕਰੋ ਇਹ ਗੁੱਸਾ ਨਹੀਂ ਇੰਨਾ ਚੰਗਾ ਹੁੰਦਾ ਆ ਹੁਣ ਤੁਸੀਂ ਵੀ ਦੇਖੋ ਨਾ ਮੇਰੇ ਨਾਲ ਵੀ ਹੁਣ ਤੁਸੀਂ ਨਾਸਾ ਫਲਾ ਫਲਾ ਗੱਲਾਂ ਕਰਨ ਡਏ ਆ ਯਾਰ ਭਰਾਵਾ ਤੂੰ ਸਾਨੂੰ ਕਿਹਾ ਸਾਈਡ ਤੇ ਆ ਕੇ ਗੱਲ ਕਰਨੀ ਆ ਅਸੀਂ ਗੱਲ ਕਰਨ ਆ ਗਏ ਆ ਕੌਣ ਆ ਇਹ ਭਤੀਜਾ ਹੈ ਮੇਰਾ ਮੱਖੀ ਮੱਖੀ ਆਹੋ ਮੱਖੀਆਂ ਤੁਹਾਡੇ ਵੇਲਣੇ ਦੇ ਥੋੜੀਆਂ ਜਿਹੜਾ ਇਹਦਾ ਬਿਨਾ ਇਹਦਾ ਨਾਂ ਆ ਭਾਈ ਇਹਦਾ ਨਾਂ ਮੱਖੀ ਆ ਤੇ ਉਹਨਾਂ ਦਾ ਵੀ ਤਾਂ ਨਾਂ ਹੀ ਆ ਮੱਖੀ ਉੱਡ ਉੱਡ ਕੇ ਕੰਮ ਕਰੀਦਾ ਜਿਹੜਾ ਵੀ ਕੰਮ ਆ ਜਲਦੀ ਜਲਦੀ ਕਰੀਦਾ ਤਾਂ ਪਿਆਰ ਨਹੀਂ ਜਲਦੀ ਵਾਲਾ ਕੋਈ ਕੰਮ ਨਹੀਂ ਹੈਗਾ ਨਾਂ ਰੱਖਿਆ ਤੇਰਾ ਮੱਖੀ ਜਲਦੀ ਵਾਲਾ ਕੋਈ ਕੰਮ ਨਹੀਂ ਹੈਗਾ ਇਹ ਛੋਟਾ ਜਿਹਾ ਹੁੰਦਾ ਸੀ ਇਹਨੂੰ ਪਿਆਰ ਨਾਲ ਮੱਖੀ ਕਹਿੰਦੇ ਸੀ ਠੀਕ ਹੈ ਕਿ ਨਹੀਂ ਮੇਰਾ ਭਰਾ ਆ ਉਹਦੀਆਂ ਚਾਰ ਬੱਚੀਆਂ ਤੇ ਚੌਂ ਬੱਚੀਆਂ ਤੋਂ ਬਾਅਦ ਹੋਇਆ ਸੀ ਤਾਂ ਮਾਰ ਨਾ ਰੱਖਿਆ ਮੱਖੀ ਆ ਪਿਆਰ ਨਾ ਜਿਹੜਾ ਚੌਂ ਬੱਚੀਆਂ ਤੋਂ ਬਾਅਦ ਹੋਵੇ ਤਾਂ ਨਾ ਮੱਖੀ ਰੱਖੀਦਾ ਆ ਯਾਰ ਪਿਆਰ ਨਾ ਰੱਖਿਆ ਸੀ ਪਿਆਰ ਨਹੀਂ ਹੋ ਜਾਂਦਾ ਕਿਸੇ ਬੱਚੇ ਨਾਲ ਨਹੀਂ ਪਿਆਰ ਨਾਲ ਨਿੱਕੂ ਛੋਟੂ ਬਾਲੂ ਮੁੰਨਾ ਚਾਂਦ ਹੁੰਦਾ ਮੱਖੀ ਕੀ ਹੋਇਆ 12 13 ਨਿਆਣੇ ਨਹੀਂ ਸੀ ਹੋਏ ਹੈਗੇ ਐ ਹੀ ਸੀ ਇੱਕ ਹੀ ਚੌਂ ਕੁੜੀਆਂ ਤੋਂ ਬਾਅਦ ਹਾਂ ਨਾ ਹੋਇਆ ਮੁੰਡਾ ਤਾਂ ਨਾ ਜਨਾਨਾ ਰੱਖਿਆ ਮੱਖੀ ਉਹ ਭਾਜੀ ਹੁਣ ਤੁਸੀਂ ਕੀ ਸਾਡੀ ਭਾਜੀ ਤੁਹਾਨੂੰ ਕੰਮ ਕੀ ਹੈ ਹੋਣਾ ਭਾਜੀ ਤੂੰ ਸਾਡੀ ਤਫਸ਼ੀਸ਼ ਕਰਨ ਆਇਆ ਬਾਬਾ ਦੁੱਲਾ ਮੈਨੂੰ ਕਹਿੰਦਾ 3 ਮਹੀਨਿਆਂ 'ਚ ਠੀਕ ਹੋ ਜਾਏਗਾ ਤੂੰ ਅੱਛਾ ਆ ਜਿਹੜੀਆਂ ਅੱਖਾਂ ਨਾ ਯਾਰ ਸਾਨੂੰ ਕਾਹਦੇ ਦਿਖਾਈ ਜਾਂਦਾ ਅੱਖਾਂ ਭਰਾਵਾ ਬਾਬਾ ਦੁੱਲਾ ਕਹਿੰਦਾ ਠੀਕ ਹੋ ਜਾਊਗਾ ਇਲਾਜ ਕਰਵਾ ਲਾ ਉਹਦੇ ਕੋਲ ਜਾ ਕੇ ਤੇ ਉਹਨੇ ਕਿਹਾ ਵੇਲਣੇ ਤੇ ਜਾ ਵੇਲਣੇ ਤੇ ਹਾਂ ਤੇ ਉੱਥੇ ਜਾ ਕੇ ਬਣਵਾ ਗੁੜ ਵੇਲਣੇ ਤੇ ਹਾਂਜੀ ਅੱਛਾ ਤੇ ਮੈਨੂੰ ਗੁੜ ਚਾਹੀਦਾ ਆ ਤਾਜ਼ਾ ਗੁੜ ਤਾਂ ਬੜਿਆ ਪਿਆ ਆਪਣੇ ਕੋਲ ਇੱਕ ਪੇਸੀ ਦੇ ਵਿੱਚ ਪਾਉਣਾ ਗੋਂਗਲੂ ਗੁੜ ਦੇ ਵਿੱਚ ਗੋਂਗਲੂ ਹਾਂ ਬਾਬੇ ਨੇ ਦੱਸਿਆ ਦੁੱਲੇ ਨੇ ਗਰਮੀ ਹੋਈ ਆ ਤੈਨੂੰ ਉਹਨੇ ਕੀ ਤੈਨੂੰ ਕਿਹਾ ਕਿ ਗੁੜ ਗੋਂਗਲੂ ਖਾ ਗੁੜ ਗੋਂਗਲੂ ਹਾਂ ਤੇਰਾ ਦਿਮਾਗ ਸਹੀ ਹੈ ਯਾਰ ਕੀ ਹੈ ਹੈ ਕਦੀ ਸੁਣਿਆ ਵੀ ਗੋਂਗਲੂ ਵਾਲਾ ਗੁੜ ਦਈਓ ਜੀ ਉਹਨੇ ਹੁਣ ਬਾਬੇ ਨੇ ਦੱਸਿਆ ਤੁਹਾਡੇ ਪਿੰਡ ਦਾ ਹਕੀਮ ਉਹ ਬਾਬੇ ਦਾ ਪਹਿਲਾਂ ਇਲਾਜ ਕਰਵਾ ਜਾ ਕੇ ਜਿਹਨੂੰ ਇਹ ਨਹੀਂ ਪਤਾ ਵੀ ਆ ਪੈਂਦਾ ਆ ਭਲਾ ਗੋਂਗਲੂ ਵਿੱਚ ਇਹ ਉਹਨੂੰ ਪੁੱਛੋ ਜਾ ਕੇ ਦੁੱਲੇ ਨੂੰ ਉਹਨੂੰ ਪੁੱਛ ਜਾ ਕੇ ਹਾਂ ਦੁੱਲੇ ਦੀ ਅਸੀਂ ਜਾ ਕੇ ਪੁੱਛੇ ਫੜ ਗੋਂਗਲੂ 106 ਗੋਂਗਲੂ ਪਾ ਦੇ ਹੋਈ ਹੈ ਇਹ ਅਗਲਾ ਜਿਹੜਾ ਬਣਾਉਣਾ ਹੈ ਗਾਜਰ ਦਾ ਇੱਕ ਗਾਜਰ ਵਿੱਚ ਪਾ ਕੇ ਇਹ ਇੱਕ ਪੇਸੀ ਇਹਦੀ ਹੋ ਗਈ ਗੋਂਗਲੂ ਦੀ ਇੱਕ ਪੇਸੀ ਹੋ ਗਈ ਗਾਜਰ ਦੀ ਪੇਸੀ ਏਦਾਂ ਦੀ ਹੋਣੀ ਚਾਹੀਦੀ ਹੈ ਲੰਬੀ ਪੇਸੀ ਆ ਲੰਬੀ ਮਤਲਬ ਪੇਸੀ ਗੋਲ ਨਹੀਂ ਬਣਾਉਣੀ ਇੰਜ ਦੀ ਪੇਸੀ ਬਣਾਉਣੀ ਹੈ ਕਿ ਇਹ ਗਾਜਰ ਵਿੱਚ ਨਿਗੇ ਨਾ ਆਵੇ ਇਹ ਵੇਲਣਾ ਆ ਚੱਠੂ ਬੱਟਾ ਨਹੀਂ ਆਇਆ ਤੈਨੂੰ ਕੁੱਟ ਕੇ ਕੱਢ ਕੇ ਦੇਈ ਜਾਣੀ ਇਹ ਵੇਲਣਾ ਆ ਭਾਈ ਇਹ ਗਾਜਰ ਕਿਸ ਬੇਵਕੂਫ ਨੇ ਕਹਿਤਾ ਇਹ ਗਾਜਰ ਸਾਰੀ ਲੁਕਣੀ ਚਾਹੀਦੀ ਸਾਰੀ ਲੁਕਣੀ ਚਾਹੀਦੀ ਇਹਨੂੰ ਫਿੱਟ ਲਾਈ ਵਾਲੇ ਕਾਰਖਾਨੇ ਲੈ ਆ ਉਹ ਯਾਰ ਤੂੰ ਕਿਹੜਾ ਕੰਮ ਕਰਨ ਨੇ ਲੈ ਗੋਂਗਲੂ ਗੁੜ ਗਾਜਰ ਗੁੜ ਗਾਜਰ ਗੁੜ ਤੇ ਸਮਝ ਚ ਆਉਂਦਾ ਗੋਂਗਲੂ ਗੁੜ ਕਿਹੜਾ ਆ ਲੈ ਗਾਜਰ ਚੁੱਕ ਲਿਆ ਕਿ ਕਿੱਡਾ ਵੱਡਾ ਭਾਈ ਹੈ ਆ ਕੇਲਾ ਗੁੜ ਬਣਾਉਣਾ ਲੈ ਉਹ ਕੇਲਾ ਗੁੜ ਕਿਹੜਾ ਹੁੰਦਾ ਯਾਰ ਇਹ ਵੀ ਤੂੰ ਸਾਨੂੰ ਪਾਗਲ ਕਰਨ ਡਿਆ ਆ ਇਹ ਦੁੱਲੇ ਨੇ ਇਹ ਇਹ ਛਿਲਣਾ ਇਦਾਂ ਆਹ ਤਾਂ ਕਾਲਾ ਜੂਸੀ ਆ ਖਾਣਾ ਨਹੀਂ ਇਹ ਛਿਲ ਕੇ ਤੇ ਗੁੜ ਦੀ ਪੇਸੀ ਚ ਪਾਉਣਾ ਆ ਓਏ ਉਹ ਤੈਨੂੰ ਕਿਸ ਕਿਨੇ ਕਹਿਤਾ ਓਏ ਉਸ ਬਾਬੇ ਨੂੰ ਮੈਨੂੰ ਤਾਂ ਮਲਾ ਦੇਣਾ ਤੈਨੂੰ ਕਹਿੰਦਾ ਬਾਬੇ ਦੁੱਲੇ ਨੇ ਤੁਹਾਡੇ ਪਿੰਡ ਦਾ ਦੁੱਲੇ ਮਰੇ ਕਿਸੇ ਬਾਬਾ ਦੁੱਲਾ ਮੈਂ ਤਾਂ ਖਾਨੇ ਵਾਲੋਂ ਆਇਆ ਸਾਡਾ ਤਾਂ ਖਾਨੇ ਵਾਲ ਸਾਡੀ ਬੈਗਨ ਤੇ ਆਇਆ ਆ ਕੇਲੇ ਦੀ ਪੇਸੀ ਬਣਾ ਦਿਓ ਇੱਕ ਗੱਲ ਸਮਝ ਆਈ ਆ ਕੇਲੇ ਦੀ ਪੇਸੀ ਯਾਰ ਕੇਲੇ ਦੀ ਪੇਸੀ ਹੁੰਦੀ ਆ ਕਦੀ ਦੁਕਾਨ ਤੇ ਜਾ ਕੇ ਕਿਹਾ ਵੀ ਗੋਂਗਲੂ ਗੁੜ ਦੇ ਦਿਓ ਕੇਲਾ ਗੁੜ ਗਾਜਰ ਗੁੜ ਦੇ ਦਿਓ ਉਹ ਭਾਈ ਲੇਲਾ ਗੁੜ ਇਹ ਕਿੰਨੇ ਤੈਨੂੰ ਕਿਹਾ ਦੁੱਲੇ ਨੇ ਉਹ ਦੁੱਲਾ ਤੇ ਹੁਣ ਮਰਨ ਗਣਾ ਰਿਹਾ ਉਹ ਤਾਂ ਪੁੱਠੇ ਪੁੱਠੇ ਮਸ਼ਵਰੇ ਦੇਣ ਡਿਆ ਲੋਕਾਂ ਨੂੰ ਲੈ ਗੋਂਗਲੂ ਗੜ ਤੇ ਕੇਲਾ ਬੰਦਾ ਯਾਰ ਤੂੰ ਤੇ ਕਿੰਨੇ ਕੀ ਭਾ ਲਾਇਆ ਅਸੀਂ ਕੋਈ ਭਾ ਨਹੀਂ ਲਾਇਆ ਤੂੰ ਮੇਰਾ ਭਰਾ ਸਾਡੀ ਜਾਨ ਛੱਡ ਉਹ ਯਾਰ ਤੂੰ ਗੁੜ ਲੈਣਾ ਤੇ ਭਾਈ ਸਾਦਾ ਗੁੜ ਵਾ ਸਾਡੇ ਕੋਲ 120 ਰੁਪਈਏ ਕਿਲੋ ਇੱਕ ਪੇਸੀ ਚ ਪਾਉਣਾ ਅਮਰੂਦ ਉਹ ਮਰਦੂਦ ਉਹ ਯਾਰ ਤੂੰ ਕਿਹੜਾ ਬੰਦਾ ਕਦੀ ਤੂੰ ਸੁਣਿਆ ਵਾ ਉਹ ਤੈਨੂੰ ਕਿਹਨੇ ਕਹਿਤਾ ਇਹ ਚੀਜ਼ਾਂ ਪੈਂਦੀਆਂ ਆ ਲੈ ਅਮਰੂਦ ਅਮਰੂਦ ਗੁੜ ਸੁਣਿਆ ਕਦੀ ਨਹੀਂ ਕਿਹੜੇ ਕਿਹੜੇ ਜਨਰਲ ਸਟੋਰ ਤੇ ਕਿਹੜੀ ਆ ਦੁਕਾਨਾਂ ਵੱਡੀਆਂ ਤੇ ਜਾ ਕੇ ਭਾਈ ਤੁਹਾਡੇ ਪਿੰਡ ਦਾ ਹੀ ਆ ਅਮਰੂਦ ਗੁੜ ਕਿੱਥੇ ਮਿਲਦਾ ਆ ਆ ਤੂੰ ਪਾਗਲ ਹੋ ਗਿਆ ਆ ਤੂੰ ਸਾਨੂੰ ਵੀ ਕੀਤਾ ਪਾਗਲ ਯਾਰ ਗਾਹਕ ਨੇ ਜਿੱਦਾਂ ਕਹਿਣ ਡਿਆ ਤੁਸੀਂ ਬਣਾ ਦਿਓ ਉਹ ਵੀਰ ਤੂੰ ਅੱਜ ਚਲਾ ਜਾ ਅਮਰੂਦ ਗੁੜ ਲੈ ਅਮਰੂਦ ਗੁੜ ਤੋਂ ਮੋੜ ਕਦੇ ਨਹੀਂ ਬਣਦਾ ਅਮਰੂਦ ਗੁੜ ਸਮਝ ਲੱਗੀ ਆ ਕਿ ਨਹੀਂ ਗੱਲਾਂ ਕਰਨ ਲੈ ਅਮਰੂਦ ਗੁੜ ਸ਼ੁਰੂ ਵੀ ਤੇਰਾ ਮੋੜ ਮੈਂ ਸ਼ੁਰੂ ਕਰੋ ਮੈਂ ਚੀਜ਼ਾਂ ਕੱਢ ਕੱਢ ਕੇ ਤੁਹਾਨੂੰ ਦਿੰਦਾ ਸ਼ੁਰੂ ਕਰੋ ਹੁਣ ਅਮਰੂਦ ਤੇਰੇ ਮਾਰਨਾ ਪਈਏ ਛੱਡਮਾ ਮਾਰਨਾ ਪਈਏ ਤੇਰੇ
ਇੱਕ ਬਣਾਉਣਾ ਤੁਸੀਂ ਆਲੂ ਗੁੜ। ਇਸ ਗੱਲ ਤੋਂ ਹਟਿਆ ਨਾ ਤੇ ਤੈਨੂੰ ਆਲੂ ਇੰਨੇ ਕੁ ਪੈਣੇ ਆ ਨਾ, ਸਮੇਂ ਲੱਗੀ ਆ ਕਿ ਨਹੀਂ? ਇੱਕ ਹੀ ਪੇਸੀ ਬਣਾਉਣੀ ਹੈ ਦੀ। ਆ ਵੇ ਆਲੂ ਨੂੰ ਵੀ ਅੱਲਾ ਖੁਸ਼ੀ ਦਿਖਾਉਣ ਵਾਲਾ ਆ। ਆ ਵੇਖ ਤਾਂ ਸਹੀ, ਆਲੂ ਪਤਾ ਨਹੀਂ ਕਿੱਥੋਂ ਚੁੱਕ ਲਿਆ। ਓਏ ਪਕਾਉਣ ਵਾਲਾ ਕਿ ਲੜਾਈ ਵਾਲਾ ਆ ਇਹ? ਹੈ ਆਲੂ ਤੇ ਏਡਾ ਹੁੰਦਾ ਹੀ ਨਹੀਂ। ਉਹਨੇ ਮੈਨੂੰ ਕਿਹਾ ਕਿ ਰੋਜ਼ਾਨਾ ਇੱਕ ਪੇਸੀ ਖਾਣੀ ਆ। ਆ ਜਿਹੜੀ ਰੋਜ਼ਾਨਾ ਸਿਰ ਚ? ਨਹੀਂ ਨਹੀਂ, ਓਦਾਂ ਖਾਣੀ ਆ, ਓਦਾਂ ਖਾਣੀ। ਆ ਸਾਰੀਆਂ ਚੀਜ਼ਾਂ ਪੜੋ। ਆ ਗੰਡਾ ਆ। ਇਹ ਕਿਹੜਾ ਜੀ? ਇਹ ਗੰਡਾ ਗੁੜ। ਤੇਰੇ ਸਿਰ ਚ ਅਸਲ ਚ ਗੰਡਾ ਗੁੜ, ਉਹ ਤੈਨੂੰ ਪੀਣਾ, ਤੇਰੀ ਯਾਦਬਾਸ਼ ਵਾਪਸ ਆਉਣੀ ਆ। ਸਮੇਂ ਲੱਗੀ ਆ ਕਿ ਨਹੀਂ? ਦੁੱਲੇ ਦੇ ਮਗਰ ਲੱਗਾ, ਦੁੱਲੇ ਦੀ 107 ਸਾਲ ਉਮਰ ਹੋ ਗਈ ਆ, ਉਹ ਤਾਂ ਪੁੱਠੇ ਮਸ਼ਵਰੇ ਦੇਣ ਲੱਗ ਪਿਆ। ਉਹ ਤਾਂ ਮਸ਼ਹੂਰ ਆ ਤੁਹਾਡੇ ਇਲਾਕੇ ਚ, ਕੀ ਮਸ਼ਹੂਰ ਆ? ਸਾਨੂੰ ਪੁੱਠਿਆ ਕੀਤਾ ਆ ਵੀ ਦੱਸ, ਕਦੀ ਅੱਜ ਤੱਕ ਸਾਨੂੰ ਕਿਸੇ ਨੇ ਆ ਕੇ ਕਿਹਾ ਹੋਵੇ ਆਪੇ ਗੰਡਾ ਗੁੜ ਦਈਓ ਜੀ, ਆ ਆਲੂ ਗੁੜ ਦਈਓ, ਅੱਜ ਅਮਰੂਦ ਗੁੜ ਦਈਓ। ਛੋਟੀਆਂ ਛੋਟੀਆਂ ਪੇਸੀਆਂ ਬਣਾਉਣੀਆਂ ਮਿਰਚਾਂ ਵਾਲਾ ਗੁੜ। ਇਹ ਮਿਰਚਾਂ ਵਾਲਾ ਗੁੜ ਵੀ ਦੁੱਲੇ ਨੇ ਦੱਸਿਆ? ਹਾਂ ਦੁੱਲੇ ਨੇ। ਦੌੜਾ ਤੇਰੀ ਕਿਤੇ, ਲੈ ਮਿਰਚ ਗੁੜ। ਹੈ ਉਹ ਗੁੜ ਮਿਰਚ ਲੱਗੇ ਤਾਂ ਅਗਲੇ ਕਹਿੰਦੇ ਥੋੜਾ ਜਿਹਾ ਗੁੜ ਦੇ। ਹੁਣ ਕੀ ਕਵਾਂਗੇ ਵੀ ਗੁੜ ਲੱਗਾ ਆ ਮਿਰਚ ਤੇ? ਤੇਰਾ ਦਿਮਾਗ ਸਹੀ ਆ ਤੇਰਾ? ਤੇ ਇਹ ਬਣਾਓ ਬਿਸਮਿਲ੍ਲਾ। ਮੈਨੂੰ ਬਣਾਓ ਕੀ, ਇਹਨੂੰ ਕੀ ਬਣਾਈਏ ਅਸੀਂ? ਇਹ ਮੈਨੂੰ ਵੈਸੇ ਹੀ ਲੱਗਣ ਡਿਆ ਕਿਸੇ ਚਲੀਸਵੇ ਤੇ ਗਿਆ, ਉੱਥੋਂ ਸਮਾਨ ਉਹਨਾਂ ਦਾ ਚੱਕ ਲਿਆ ਥੋੜਾ ਥੋੜਾ ਕਰਕੇ। ਉਹ ਯਾਰ ਬੰਦਾ ਵੇਖ ਨਾ, ਰੋਟੀ ਖਾਂਦਾ ਮਿਰਚ ਲੱਗਦੀ, ਬੰਦਾ ਕਹਿੰਦਾ ਥੋੜਾ ਜਿਹਾ ਗੁੜ ਦੇ। ਪਾਗਲ ਜਾਂਦਾ ਲੈ। ਅਸੀਂ ਹੁਣ ਕੀ ਕਹੀਏ ਵੀ ਗੁੜ ਲੱਗਾ ਆ? ਮੈਂ ਤੁਹਾਡੇ ਪਿੰਡ ਦਾ ਜਵਾਈ ਆ। ਉਹ ਵੀ ਮਰੇ ਤੇ ਤੂੰ ਵੀ ਮਰ। ਮੈਂ ਤਾਂ ਹੈਰਾਨ ਆ ਵੀ ਤੈਨੂੰ ਬੱਚੀ ਦੇਖ ਕੇ ਕੀ ਦਿੱਤੀ ਆ, ਜਿਹੜਾ ਪਿਆ ਆ ਗੰਡਾ ਗੁੜ ਦੇ ਅਮਰੂਦ ਗੁੜ, ਇਹ ਕਿਹੜਾ ਇੱਥੇ ਵੇਲੇ ਚ ਬਣਦਾ ਆ? ਤੂੰ ਸਾਨੂੰ ਦਿਮਾਗ ਪਾਗਲ ਕੀਤਾ। ਜਵਾਈ ਭਾਈ ਦਾ ਨਾ ਕੋਈ ਹਯਾ ਕਰੀਦਾ ਹੁੰਦਾ? ਜਵਾਈ ਭਾਈ ਦਾ, ਜਵਾਈ ਭਾਈ, ਤੂੰ ਤਵਾਈ ਭਾਈ ਆ। ਲੈ ਜਵਾਈ ਭਾਈ, ਜੋ ਕਿ ਪਤਾ ਨਹੀਂ ਕਿਹੜੀ ਪਿੰਡ ਦਾ ਜਵਾਈ ਹੁੰਦਾ, ਉਹ ਸਾਰਿਆਂ ਦਾ ਜਵਾਈ ਹੁੰਦਾ। ਜਵਾਈ ਏਦਾਂ ਦਾ ਨਹੀਂ। ਤੁਹਾਡੇ ਪਿੰਡ ਦਾ ਜਵਾਈ ਹੈ, ਤੁਹਾਡਾ ਵੀ ਜਵਾਈ ਆ। ਜੋ ਸਾਡਾ ਕਿ ਜਵਾਈ ਆ, ਪਿੰਡਾਂ ਵਿੱਚ ਜਾ ਕੇ ਪੁੱਛ ਸਾਡਾ ਏਦਾਂ ਦਾ ਜਵਾਈ ਹੁੰਦਾ, ਉਹ ਵੇਲੜੇ ਦੇ ਵਿੱਚ ਦੇ ਦੇਣਾ ਸੀ। ਅਸੀਂ ਵੇਲੜੇ ਦੇ ਵਿੱਚ ਦੇ ਦੇਣਾ ਸੀ। ਗੱਲਾਂ ਕਰਨ ਦੇ ਆ ਕੀ ਮਾੜੀ ਕੀਤੀ ਤੁਹਾਡਾ? ਮਾੜੀ ਆ, ਆ ਗੰਡਾ ਗੁੜ ਕਿਹੜਾ ਆ ਗਿਆ ਇੱਥੇ? ਤੁਹਾਨੂੰ ਤਾਂ ਤੁਸੀਂ ਕੰਮ ਨਹੀਂ ਕਰਦੇ, ਬਣਾ ਲਓ ਤੁਸੀਂ ਗੰਡਾ ਗੁੜ। ਕਿੱਥੇ ਅਸੀਂ ਬਣਾਉਂਦੇ ਆ? ਤੁਸੀਂ ਗੰਡਾ ਛਿੱਲੋ, ਛਿੱਲ ਕੇ ਪੇਸੀ ਦੇ ਵਿੱਚ ਰੱਖ ਕੇ ਉੱਤੇ ਗੁੜ ਪਾ ਦਿਓ। ਜੋ ਤੈਨੂੰ ਕੀ ਪਤਾ ਆ ਵੀ ਇਦਾਂ ਬਣਦਾ ਆ? ਹਾਂ, ਤੇ ਸਾਡੇ ਕੋਲ ਕੀ ਕਰਨ ਆਇਆ? ਵੇਲਣਾ ਮੇਰਾ ਆ, ਵੇਲਣਾ ਤੁਹਾਡਾ ਆ। ਚੱਲ ਇਦਾਂ ਕਰ, ਅਸੀਂ ਤੈਨੂੰ ਵੇਲਣਾ ਦਿੰਨੇ ਆ। ਹਾਂ ਆ ਬਣਾ ਕੇ ਨਾ। ਓ ਯਾਰ ਵੇਲਣਾ ਇਹਨੂੰ ਕਹਿ ਲਈ ਦਈਏ ਨਾ ਪੈਸੇ ਖਰਚੇ ਆ ਵੇਲਣਾ ਬਣਾਣਾ। ਇਹਨੂੰ ਬੰਦ ਕਰਕੇ ਜੁੱਤੀਆਂ ਦੀ ਦੁਕਾਨ ਪਾ ਲਓ। ਲੈ ਨਹੀਂ ਨਹੀਂ, ਪਕੌੜਾ ਗੁੜ ਦੀ ਦੁਕਾਨ ਸੀ। ਲੈ ਪਕੌੜਾ ਗੁੜ, ਕੇਲਾ ਗੁੜ, ਦੁਰ ਦੁਰ ਅਮਰੂਦ ਗੁੜ, ਹਾਂਜੀ ਪਿਆ ਗੰਡਾ ਗੁੜ, ਹਾਂਜੀ। ਓ ਮੋੜ ਮੋੜ ਭਾਈ, ਹਾਂ ਗੰਡਾ ਗੁੜ ਕੈਸਾ ਤੇਰਾ ਮੂੰਹ ਆ ਗੰਡੇ ਗੁੜ ਵਾਲਾ? ਉਹਨੂੰ ਫੇਰ ਮਾਰੋ ਜਿਹਨੇ ਮੈਨੂੰ ਦੱਸਿਆ ਹੈ। ਉਹਨੂੰ ਮਾਰ ਤੂੰ, ਅਸੀਂ ਮਾਰਨਾ ਆ ਦੁੱਲੇ ਹਕੀਮ ਨੂੰ। ਦੁੱਲਾ ਹਕੀਮ ਤੇ ਆਪ ਮਰਨ ਪੈਰੇ ਪਿਆ ਆ। ਤੂੰ ਵੀ ਮਾਰੀ ਜਾਣਾ, ਤੂੰ ਨਹੀਂ ਮਰਨਾ। ਤੂੰ ਬੜਾ ਯਾਰ, ਤੂੰ ਆਪਣੇ ਹੋਸ਼ੋ ਵਾਚ ਚ ਆਇਆ ਕਿ ਨਹੀਂ? ਕਿਹੜੀ ਤੂੰ ਗੱਲ ਕਰਨ ਦੇ ਆ? ਕਰਨ ਦੇ ਆ ਬਹੁਤੀਆਂ। ਉਹ ਵਿੜੇ ਮੂੰਹ ਤੇਰੇ ਦੱਸਣ ਤੇ, ਤੁਹਾਡੇ ਤੇਰੇ ਤੇ ਫਿੱਟੇ ਮੂੰਹ, ਫਿੱਟੇ ਮੂੰਹ ਫਿੱਟੇ ਮੂੰਹ ਕਰੀ ਜਾਣਾ ਮੈਨੂੰ। ਤੈਨੂੰ ਦੱਸੀ ਜਾਂਦਾ ਆ, ਮੁੜ ਜਾ ਮੁੜ ਜਾ। ਮੈਂ ਤੇ ਪਿੰਡ ਦੇ ਲੰਬੜ ਦਾ ਕੀ ਆ, ਕੀ ਆ ਕੀ ਆ? ਆਲੂ ਨਾ ਤੇ ਇੱਥੇ ਸਿਰ ਚ ਪਾ ਦੇਣਾ, ਵੀ ਤੂੰ ਮਾਰਨਾ ਪਾ ਦੇਣਾ ਆਲੂ ਮਾਰਨਾ ਤੂੰ। ਪਾਗਲ ਅਸੀਂ ਆ, ਬਹਿ ਜਾ ਏਡਾ ਤੂੰ ਜਵਾਈ ਪਿੰਡ। ਯਾਰ ਇਹਨੂੰ ਹਟਾ। ਓ ਜਾ, ਆ ਜਿੰਨੇ ਕੁ ਕੇਲੇ ਲਈ ਫਿਰਦੇ ਕੌਲੀ ਕਸਟਰਡ ਦੀ ਬਣਾ। ਓ ਘਟੀਆ ਇਨਸਾਨ ਹੈ ਤੂੰ, ਘਟੀਆ ਤੂੰ। ਮੇਰੇ ਕੋਲ ਤੁਸੀਂ ਕੁਛ ਕਰਵਾ ਲੈਣਾ ਇੱਥੇ? ਕਿੰਨੇ ਦੇਖੋ ਕਰਾਉਣਾ ਇਹ ਆ? ਆਲੂ ਗੁੜ ਬਣਾ, ਤੇਰੀ ਮੈਂ ਭਲਾ ਕੀ ਕਰਾਉਣਾ? ਪਕੌੜੇ ਗੁੜ ਬਣਾ, ਉਹ ਕੰਮ ਤੁਹਾਡਾ। ਹੋਰ ਦੇਖੋ ਕੀ ਬਣਾਉਣਾ? ਹਾਂ ਇਹ ਕੇ ਗੋਂਗਲੂ ਗੁੜ ਬਣਾ, ਇਹ ਤੇਰੇ ਕੋਲ ਬਣਵਾਉਣੇ ਆ। ਓ ਜਾ ਕਿਤੇ, ਆ ਕੇ ਅੱਜ ਜਾਣੇ ਆ ਤੂੰ। ਤੂੰ ਮੇਰੇ ਕੋਲੋਂ ਕੁਝ ਖਾਣੀ, ਮੈਂ ਤੈਨੂੰ ਦੱਸਣ ਡਿਆ ਕੱਲ ਨਾ, ਤੈਨੂੰ ਕੋਈ ਤਮੀਜ਼? ਓਏ ਤੁਹਾਨੂੰ ਮੈਂ ਦੱਸਣ ਡਿਆ, ਪਤਾ ਜਾ ਯਾਰ, ਜਾ ਜਾ ਚਲ ਜਾ ਇੱਥੋਂ, ਪਰਾਂ ਚਲ ਜਾ, ਪਰਾਂ ਦੇ ਬਾ, ਤੁਹਾਨੂੰ ਮੈਂ ਦੱਸਣ ਡਿਆ, ਜਾ ਜਾ ਇੱਥੋਂ ਜਾ। ਦੀਦੀ ਬਣਾਉਣਾ ਤੇਰਾ? ਬਣਾਉਣਾ ਕਿਉਂ ਨਹੀਂ ਤੁਸੀਂ? ਕਿਉਂ ਨਹੀਂ ਬਣਾਉਣਾ ਤੁਸੀਂ? ਬਾਜੀ ਅਸੀਂ ਨਹੀਂ ਬਣਾਉਂਦੇ ਹੈਗੇ। ਮੈਂ ਤੇਰੇ ਮਾਰ ਕੇ ਨਾ ਗੋਂਗਲੂ, ਮੈਂ ਤੇਰਾ ਸਿਰ ਪੋਲਾ ਕਰ ਦਵਾਂ ਤੇਰਾ। ਹਾਂ ਕਰ ਜਾ ਕੇ ਕਹਿ, ਕਰ ਜਾ ਜਹਾਨ ਦਾ ਤੂੰ ਆ, ਕਰ ਕਰ ਜਾ। ਆ ਲਓ ਫਿਰ, ਆ ਲਓ, ਆ ਲੈ ਫਿਰ, ਆ ਲੈ, ਆ ਲੈ ਪਾਗਲ ਮੈਂਟਲ, ਆ ਲੈ ਫਿਰ। ਹਾਂ ਚੱਲ ਇੱਥੋਂ ਭੱਜ ਜਾ, ਚੱਲ ਭੱਜ ਜਾ ਪਾਗਲ ਨਾ ਹੁਣ ਤੇ। ਪਾਗਲ ਤੂੰ ਆ, ਤੇਰਾ ਟੱਬਰ ਪਾਗਲ, ਤੇਰਾ ਟੱਬਰ ਪਾਗਲ, ਤੂੰ ਤੇਰਾ ਖਾਨਾ ਪਾਗਲ ਹੁੰਡਿਆ। ਯਾਰ ਕੀ ਮੁਸੀਬਤ ਅਸੀਂ ਗੱਲ ਪਾ ਰਹੀ ਆ।
ਮੈਂ